किसान संघर्ष के खिलाफ बोला शहीद सूरी मजावा, किसान विरोधी शहीद सूरी मजावा, किसान विरोधी शहीद सूरी मजावा, शहीद सूरी मजावा, मोदी सरकार मजावा, मोदी सरकार मजावा, मोदी सरकार देख सकते हैं कि अज सूरी का जिहड़ा पुतला फूकया जाएगा तो काफ़ी गिनती विच जिहड़े आ इत्थे किसान पहुँच चुके आ ते सकते हैं कि किस तरह जिहड़ी आ किसानां तों जुत्तियां मार के जिहड़ा आ इसका विरोध किया जा रहा है पुतले ते भारी गिनती विच ते किसान जथेबंदी जिहड़ियां पहुंच चुकिया आ काफी जिहड़ा आ इत्थे विरोध पाया जा रहा उन्हूं सुन के रख
जनरल कैटेगरी के प्रधान बलबीर सिंह फुगराणा वालों जिहड़ी आ पुतले नूं अग लगाई जा रही आ ते बड़ी ही देखण योग गल आ कि इस दे विच काफ़ी जिहड़े आ पुतले दे विच पटाके जिहड़े आ भरे गए आ। ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਨਾਲੋ ਨਾਲ ਆ ਜਾ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਕੰਡੀ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਤੁਹਾਡਾ ਵੀ ਸ਼ਿਵ ਸੈਨਾ ਦੇ ਆਗੂ ਬਾਰ ਬਾਰ ਕੋਈ ਨਾ ਕੋਈ ਚਾਹੇ ਸਿੱਖੀ ਦੇ ਲਾ ਲਓ ਚਾਹੇ ਕਿਸਾਨਾਂ ਨਾਲ ਕੋਈ ਨਾ ਕੋਈ ਟਿੱਪਣੀ ਜਿਹੜੀ ਕਰਦੇ ਰਹਿੰਦੇ ਆ? ਅਸਲ 'ਚ ਲੋਕਾਂ ਨੂੰ ਇਹ ਲੋਕ ਇਹ ਸੋਚਦੇ ਆ ਕਿ ਆਪਾਂ ਸਮਾਜ ਦੇ ਵਿੱਚ ਕਿੱਦਾਂ ਵਿਸ਼ੇਸ਼ ਜਿਹਾ ਬਣੀਏ, ਕੋਈ ਸਕਿਉਰਿਟੀ ਲੈ ਕੇ ਜਾਂ ਕਿੱਦਾਂ, ਅਤੇ ਨਾਲੇ ਇਹ ਵੀ ਉਹਨਾਂ ਨੂੰ ਹੁੰਦਾ ਕਿ ਆਪਾਂ ਕੁਛ ਨਾ ਕੁਛ ਬੋਲਾਂਗੇ ਅਤੇ ਕਦੀ ਭਾਜਪਾ ਦੇ ਮੇਨ ਲੀਡਰਾਂ ਦੀ ਸਾਡੇ 'ਤੇ ਨਿਗਾਹ ਹੋਊਗੀ, ਸਾਨੂੰ ਕੋਈ ਸ਼ਾਇਦ ਅਹੁਦਾ ਦੇ ਦੇਣ ਜਾਂ ਕਿਤੇ ਗਾਂ ਆਪਣੀ ਉੱਪਰਲੀ ਕਮਾਂਡ ਵਿੱਚ ਲੈ ਜਾਣ। ਇਸ ਲਈ ਇਹਨਾਂ ਦਾ ਵਾਰ ਵਾਰ ਆਤੇ ਨੇ, ਇਹਨਾਂ ਨੂੰ ਇਹ ਵੀ ਪਤਾ ਕਿ ਸਾਡੀ ਛਿੱਤਰ ਪਰੇਡ ਵੀ ਹੋਣੀ ਹੈ, ਇਹ ਕੰਮ ਗੱਲਾਂ ਕਰਾਂਗੇ। ਮੇਨ ਇਹਨਾਂ ਦਾ ਕੰਮ ਇਹੀ ਹੁੰਦਾ ਗਲਤ ਬਿਆਨਬਾਜ਼ੀ ਕਰਕੇ ਕਿ ਲੋਕਾਂ ਨੂੰ ਪਾੜ ਕੇ ਰੱਖੀਏ, ਪੰਜਾਬੀ ਕੌਮ ਦਾ ਏਕਾ ਨਾ ਹੋਵੇ, ਪੰਜਾਬ ਪੰਜਾਬੀ ਦੀ ਭਾਵਨਾ ਨਾਲ ਲੋਕ ਇੱਕ ਹੋ ਕੇ ਮੋਰਚਾ ਕੋਈ ਵੀ ਨਾ ਚਲਾਉਣ, ਅਤੇ ਲੋਕਾਂ ਨੂੰ ਆਪਾਂ ਹਿੰਦੂ ਸਿੱਖ ਵਿੱਚ ਪਾੜਾ ਵਧਾਈਏ, ਅਤੇ ਸਕਿਉਰਿਟੀ ਲੈ ਕੇ ਆਪਣੇ ਲੋਕਾਂ ਵਿੱਚ ਇਹ ਵੀ ਦੱਸੀਏ ਕਿ ਅਸੀਂ ਵਿਸ਼ੇਸ਼ ਆ, ਸਾਨੂੰ ਨਾਲ ਸਕਿਉਰਿਟੀ ਮਿਲ ਗਈ ਹੈ। ਏਦਾਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਵੀ ਜਿਹੜੀ ਆ ਗਲਤ ਆ, ਵੀ ਏਦਾਂ ਦੇ ਲੋਕਾਂ ਨੂੰ ਸਕਿਉਰਿਟੀ ਦੇ ਦਿੰਦੀ ਆ। ਦੇਖੋ ਸਰਕਾਰਾਂ ਜਿਹੜੀਆਂ ਆਪ ਲੋਕਾਂ ਨੂੰ ਪਾੜ ਕੇ ਰੱਖਣਾ ਚਾਹੁੰਦੀਆਂ ਹੁੰਦੀਆਂ, ਉਹਨਾਂ ਨੂੰ ਇਹ ਹੁੰਦਾ ਕਿ ਲੋਕ ਵੱਖ ਵੱਖ ਧੜਿਆਂ ਵਿੱਚ ਪਾਟੇ ਰਹਿਣ ਤਾਂ ਸਾਡਾ ਇੱਦਾਂ ਹੀ ਚੱਲਦਾ ਰਹੂਗਾ। ਜੇ ਲੋਕ ਜਾਗ ਪਏ, ਇਕੱਠੇ ਹੋ ਗਏ, ਅਤੇ ਜਿਸ ਹਿਸਾਬ ਨਾਲ ਅਸੀਂ ਰਾਜਨੀਤੀ ਕਰਦੇ ਹਾਂ, ਇੱਦਾਂ ਦੀ ਲੁੱਟ ਖਸੁੱਟ ਵਾਲੀ ਰਾਜਨੀਤੀ ਤਾਂ ਸਾਨੂੰ ਰਾਜਨੀਤਿਕ ਲੁਟੇਰਿਆਂ ਨੂੰ ਲੋਕਾਂ ਨੇ ਲਾਹ ਕੇ ਪਾਸੇ ਕਰ ਦੇਣਾ, ਕਿਉਂਕਿ ਜਿੰਨੇ ਵੀ ਆਗੂ ਚੁਣ ਹੁੰਦੇ ਆ ਉਹ ਸਮਝੋ ਇਹੀ ਸਿਸਟਮ ਨਾਲ ਚੁਣ ਹੁੰਦੇ ਆ, ਜਿਹੜੇ ਲੁੱਟ ਖਸੁੱਟ ਦੇ ਸਿਸਟਮ ਨੂੰ ਪਰੋਏ ਆ। ਇਸ ਸਿਸਟਮ ਨੂੰ ਪੱਟ ਕੇ ਸਿੱਟਣ ਵਾਲੇ ਪਾਸੇ ਲੋਕਾਂ ਨੇ ਅਜੇ ਧਿਆਨ ਹੀ ਨਹੀਂ ਕੀਤਾ, ਅਤੇ ਇਹ ਧਿਆਨ ਦੇਣ ਦੀ ਲੋੜ ਆ। ਅਤੇ ਸਾਡੇ ਨਾਲ ਹੋਰ ਵੀ ਇੱਥੇ ਆਗੂ ਹਨ, ਅਸੀਂ ਗੱਲਬਾਤ ਕਰਦੇ ਹਾਂ ਨਿੰਗ ਜਥੇਬੰਦੀ ਦੇ ਤਰਨਾ ਦਲ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਤੇ ਹੁਣ ਸਾਡੇ ਨਾਲ ਹੁਣ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਆਇਆ ਵੀ ਆਏ ਦਿਨ ਜਿਹੜੇ ਆ ਸ਼ਿਵ ਸੈਨਾ ਦੇ ਆਗੂ ਲਾ ਲਓ ਜਾਂ ਕੋਈ ਨਾ ਕੋਈ ਇਹ ਭਾਵੇਂ ਸਿੱਖੀ ਦੇ ਖਿਲਾਫ਼ ਹੋਵੇ ਜਾਂ ਕਿਸਾਨਾਂ ਦੇ ਖਿਲਾਫ਼ ਹੋਵੇ ਟਿੱਪਣੀ ਕਰਦੇ ਰਹਿੰਦੇ ਆ? ਇਹ ਆਪਣੀ ਲੀਡਰੀ ਚਮਕਾਉਣ ਵਾਸਤੇ, ਸਰਕਾਰ ਤੋਂ ਸੁਰੱਖਿਆ ਲੈਣ ਵਾਸਤੇ ਅਤੇ ਕੌਮ ਦੇ ਵਿੱਚ ਦਫਾੜ ਪਾਉਣ ਵਾਸਤੇ, ਸਾਡਾ ਕਿਸੇ ਵੀ ਸੰਸਥਾ ਦੇ ਨਾਲ, ਕਿਸੇ ਵੀ ਧਰਮ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਿਸ਼ਨ ਆ ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹਾਨਾਂ ਕੋ ਸਾਂਝਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵੀ ਉਪਦੇਸ਼ ਆ, ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਣ, ਵੋ ਸਾਡਾ ਕਿਸੇ ਨਾਲ ਵੈਰ ਨਹੀਂ। ਪਰ ਜਿਹੜੇ ਏਦਾਂ ਦੇ ਸ਼ਰਾਰਤੀ ਲੋਕ ਆ ਕੌਮ ਦੇ ਵਿੱਚ ਦੋਫਾੜ ਪਾਉਣ ਵਾਸਤੇ, ਕੌਮ ਲੋਕਾਂ ਨੂੰ ਆਸ 'ਚ ਲੜਾਉਣ ਵਾਸਤੇ, ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜੀਆਂ ਇਹੋ ਜਿਹੀਆਂ ਕੋਝੀਆਂ ਕਰਤੂਤਾਂ ਕਰਦੇ, ਉਹਨਾਂ ਨੂੰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਆ, ਉਹਨਾਂ 'ਤੇ ਕੇਸ ਬਣਾ ਕੇ ਉਹਨਾਂ ਨੂੰ ਅੰਦਰ ਹੀ ਢੱਕਣਾ ਚਾਹੀਦਾ। ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਸਿੱਖਾਂ ਦੇ NSA ਲਾ ਕੇ 2-2 ਸਾਲ ਅੰਦਰ ਰੱਖਿਆ, ਇਹ ਕੇਸ ਪਾਉਂਦੀ ਸਰਕਾਰ ਫਿਰ ਜਮਾਤਾਂ ਕਰਾ ਕੇ ਬਾਹਰ ਆ ਜਾਂਦੇ, ਫਿਰ ਬਿਆਨ ਦੇ ਕੇ ਸਿਕਿਉਰਿਟੀਆਂ ਲਿਆ ਕੇ ਫਿਰ ਉਹੀ ਕਾਰਵਾਈਆਂ ਕਰਦੇ। ਪੱਕੇ ਤੌਰ 'ਤੇ ਸਰਕਾਰ ਨੂੰ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ। ਸਰਦਾਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਸਮੂਹ ਜਥੇਬੰਦੀ ਵੱਲੋਂ ਇਹ ਸਧੂਰ ਸੂਰੀ ਦੀਆਂ ਕਾਰਵਾਈਆਂ ਦੀ ਸ਼ਕ ਸ਼ਬਦਾਂ ਵਿੱਚ ਨਿਖੇਧੀ ਕਰਦਾ। ਉੱਥੇ ਜਿਹੜੀ ਗੁਰੂ ਸਾਹਿਬ ਜੀ ਦੀ ਫੋਟੋ ਬੀੜੀ ਦੇ ਮੰਡਲਾਂ 'ਤੇ, ਉੱਥੇ ਦੀ ਜਿਹੜੀ ਗੁਰਤਾਜ ਫੈਕਟਰੀ ਆ ਉਹਨੇ ਲਾਈ ਆ, ਉਹਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਉਸ ਫੈਕਟਰੀ ਦੇ ਉੱਤੇ ਮਾਲਕ ਦੇ ਉੱਤੇ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਅਤੇ ਉਹ ਫੈਕਟਰੀ ਸਦਾ ਵਾਸਤੇ ਬੰਦ ਕੀਤੀ ਜਾਵੇ। ਬਾਬਾ ਜੀ ਇੱਕ ਮੰਗ ਹੋਈ ਸੀ ਇਹਨਾਂ ਵੱਲੋਂ ਵੀ ਜਿਹੜੇ ਨਿਹੰਗ ਸਿੰਘ ਸ਼ਸਤਰ ਪਾਉਂਦੇ ਆ ਵੀ ਇਹਨਾਂ 'ਤੇ ਬੈਨ ਲੱਗਣਾ ਚਾਹੀਦਾ।
ਨਿਹੰਗ ਸਿੰਘ ਸ਼ਾਸਤਰ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਕਿਸੇ ਨੂੰ ਮਾਰਨ ਵਾਸਤੇ ਨਹੀਂ। ਕੁਝ ਸ਼ਰਾਰਤੀ ਲੋਕ ਜਿਹੜੇ ਉਹ ਸ਼ਾਸਤਰਾਂ ਦੀ ਗਲਤ ਵਰਤੋਂ ਕਰਦੇ ਆ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਾਸਤਰ ਬਖਸ਼ੇ ਕੀਤੇ, ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਉਸੇ ਤਰ੍ਹਾਂ ਸ਼ਾਸਤਰਾਂ ਦਾ ਸਤਿਕਾਰ ਕਰਦੇ ਹਾਂ। ਜਿੱਥੇ ਸ਼ਾਸਤਰ ਨਾਮ, ਜਿੱਥੇ ਵੀ ਸ਼ਾਸਤਰਾਂ ਦਾ ਨਾਮ ਹੈ ਉੱਥੇ ਗੁਰੂ ਕਾ ਸਿੱਖ ਸ਼ਾਸਤਰ ਨੂੰ ਨਮਸਕਾਰ ਕਰਦਾ। ਇਹ ਸ਼ਾਸਤਰ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਧਮਕਾਉਣ ਵਾਸਤੇ ਨਹੀਂ, ਇਹ ਆਤਮ ਰੱਖਿਆ ਵਾਸਤੇ, ਸੈਲਫ ਡਿਫੈਂਸ ਵਾਸਤੇ ਤੇ ਗਰੀਬ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਾਸਤਰ ਦਿੱਤੇ ਆ। ਗੁਰੂ ਸਾਹਿਬ ਜੀ ਨੇ ਆਪ ਵੀ ਪੈਂਚੇ ਧਰਮ ਦੀਆਂ ਲੜਾਈਆਂ 14 ਜੰਗਾਂ ਲੜੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ, ਕਿਸੇ ਜਾਤ ਕਿਸੇ ਮਜ਼ਹਬ ਦੇ ਖਿਲਾਫ ਨਹੀਂ, ਤੇ ਧਰਮ ਯੁੱਧ ਸਤਿਗੁਰੂ ਜੀ ਨੇ ਆਪ ਲੜੇ ਤੇ ਸਾਰੇ ਤਖਤਾਂ ਦੇ ਉੱਤੇ ਸ਼ਾਸਤਰ ਸ਼ੋਭਤ ਆ। ਤੇ ਗੁਰੂ ਕਾ ਸਿੱਖ ਦਾ ਜਾਨ ਨਾਲੋਂ ਵੱਧ ਪਿਆਰਾ ਸ਼ਾਸਤਰ ਆ। ਪਰ ਇੱਥੇ ਜਿਹੜੇ ਕੋਈ ਲੋਕ ਗਲਤ ਇਸਤੇਮਾਲ ਕਰਦੇ ਆ ਗੁਰੂ ਕੇ ਬਾਣੇ ਪਾ ਕੇ, ਦਾਸ ਉਹਨਾਂ ਦੀ ਵੀ ਨਿਖੇਧੀ ਕਰਦਾ ਕਿ ਸ਼ਾਸਤਰ ਜਿਹੜਾ ਹੈ ਗਰੀਬ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ, ਜੇ ਸਾਡੇ ਉੱਤੇ ਕੋਈ ਜ਼ੁਲਮ ਕਰਦਾ ਫਿਰ ਸ਼ਾਸਤਰ ਚੱਕਣਾ ਜਿਹੜਾ ਹੈਗਾ ਉਹ ਜ਼ਰੂਰੀ ਆ। ਤੁਹਾਡਾ ਹੀ ਕਹਿਣਾ ਹੈ ਵੀ ਸੂਰੀ ਜਿਹੜੇ ਬਿਆਨ ਅੱਜ ਦਿੱਤੇ ਗਏ ਆ? ਬਿਲਕੁਲ, ਜਿਹੜੇ ਸੂਰੀ ਦੇ ਬਿਆਨੇ ਤਾਂ ਪਹਿਲਾਂ ਤਾਂ ਮਾੜੇ। ਦੇਖੋ ਜਿੰਨੇ ਵੀ ਇਹ ਹਿੰਦੂ ਰਾਸ਼ਟਰ ਦੇ ਜਿਹੜੇ ਅਸਲ ਕੱਟੜ ਵਿਰੋਧੀ ਬੰਦੇ ਨੇ, ਇਹ ਨਹੀਂ ਤਾਂ ਸਿੱਖਾਂ ਦੇ ਨੇ, ਹਿੰਦੂਆਂ ਦੇ ਵੀ ਵਿਰੋਧੀ ਆ। ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ, ਇਹ ਕਰਾਉਂਦੀਆਂ ਨੇ ਉਹ ਸਰਕਾਰਾਂ ਕਰਾ ਰਹੀਆਂ ਨੇ। ਜੇ ਸਾਡਾ ਮਸਲਾ ਜ਼ਿਮੀਂਦਾਰਾਂ ਦਾ ਵੀ ਹੱਲ ਆ, ਹੁਣ ਤਾਂ ਹੀ ਨਹੀਂ ਹੁਣ ਤੱਕ ਹੋਇਆ ਮੋਦੀ ਸਰਕਾਰ ਨੇ ਜਾਂ ਕਿਸੇ ਨੇ ਕੀਤਾ, ਕਿਉਂਕਿ ਜਿੰਨਾ ਵੀ ਜੋ ਕੁਛ ਵੀ ਇਹ ਕਰਾਉਂਦੀਆਂ ਨੇ ਸਰਕਾਰਾਂ ਹੀ ਸਹਿ ਕਰਾਉਂਦੀਆਂ, ਇਹਨਾਂ ਦੀ ਸਹਿ ਉੱਤੇ ਸਭ ਕੁਛ ਹੁੰਦਾ ਆ। ਨਹੀਂ ਤਾਂ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਮਾੜੇ, ਬਹੁਤ ਘੱਟ ਬੰਦੇ ਨੇ ਜਿਹੜਾ ਗਲਤ ਕੰਮ ਕਰਦੇ ਨੇ। ਇਹਨਾਂ ਦੇ ਆਏ ਦਿਨ ਕਿਉਂ ਬੰਦੇ ਮਾੜਾ ਇੱਦਾਂ ਦਾ ਸ਼ਿਵ ਸੈਨਾ ਵਾਲੇ ਬਿਆਨ ਦਿੰਦੇ ਨੇ, ਕਦੀ ਸਿੱਖਾਂ ਦੇ ਖਿਲਾਫ ਦਿੰਦੇ ਨੇ, ਕਦੀ ਗੁਰੂ ਰਵਿਦਾਸ ਦੇ ਦਿੰਦੇ ਨੇ, ਕਦੀ ਸਾਡੇ ਕਿਉਂ ਨਹੀਂ ਦਿੰਦੇ? ਕਿਉਂਕਿ ਇਸ ਗੌਰਮੈਂਟ ਦੀ ਸਿਆਸਤ ਆ, ਤਾਂ ਇਹਨਾਂ ਨੂੰ ਆਸ ਵਿੱਚ ਉਲਝਾ ਹੀ ਰੱਖੋ, ਇਹਨਾਂ ਨੂੰ ਉੱਧਰ ਨੂੰ ਤੋਰੀ ਰੱਖੋ, ਜਿਹੜਾ ਆਪਣਾ ਕੰਮ ਹੈ ਉਹ ਸਿੱਧਾ ਰੱਖੋ, ਉੱਧਰ ਨੂੰ ਦੁਨੀਆਂ ਤੁਰੇ ਹੀ ਨਾ। ਬਿਲਕੁਲ, ਹਰ ਪਾਸੇ ਜਿਹੜੀ ਆ ਸੁਧੀਰ ਸੂਰੀ ਜਿਹੜੀ ਆ ਨਿਖੇਧੀ ਕੀਤੀ ਜਾ ਰਹੀ ਆ। ਤੇ ਅਸੀਂ ਹੋਰ ਵੀ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲ ਜਾਣਦੇ ਹਾਂ ਕਿ ਸੁਧੀਰ ਸੂਰੀ ਵੱਲੋਂ ਜੋ ਬਿਆਨ ਦਿੱਤੇ ਗਏ ਆ ਤੇ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਆ। ਸਾਡੇ ਨਾਲ ਹਨ ਹੁਣ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਲਾਣਾ ਜੀ, ਤੇ ਕੀ ਕਹਿਣਾ ਤੁਹਾਡਾ ਵੀ ਆਏ ਦਿਨ ਜਿਹੜੇ ਲਗਾਤਾਰ ਸ਼ਿਵ ਸੈਨਾ ਦੇ ਆਗੂ ਲਾ ਲਓ ਵੀ ਕੋਈ ਨਾ ਕੋਈ ਜਿਹੜੀ ਭੱਦੀ ਤਿੱਪਣੀ ਕਰਦੇ ਰਹਿੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਥੇਬੰਦੀ ਕੋਈ ਵੀ ਮਾੜੀ ਨਹੀਂ ਹੋਇਆ ਕਰਦੀ, ਸਾਰੇ ਸੰਗਠਨ ਜਿਹੜੇ ਕਿ ਇਹ ਹੋਇਆ ਕਰਦੇ ਆ, ਔਰ ਸਾਰਿਆਂ ਦਾ ਮਕਸਦ ਤਾਂ ਇਹ ਹੁੰਦਾ ਵੀ ਆਪਾਂ ਸਮਾਜ ਦੇ ਵਿੱਚ ਚੰਗੇ ਕੰਮ ਕਰਨੇ, ਔਰ ਜਿਹੜੇ ਕੰਮ ਸਰਕਾਰ ਨਹੀਂ ਕਰ ਸਕਦੀ ਉਹ ਫਿਰ ਸੰਗਠਨ ਕਰਦੇ ਆ। ਲੇਕਿਨ ਕੁਝ ਸ਼ਰਾਰਤੀ ਅਨਸਰ ਹੁੰਦੇ ਆ, ਔਰ ਉਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਗਰ ਕੋਈ ਪਾਰਟੀ ਆ ਤਾਂ ਇਹ ਹੀ ਹੈ ਸ਼ਿਵ ਸੈਨਾ। ਔਰ ਇਹਨਾਂ ਨੂੰ ਘੱਟੋ ਘੱਟ ਜਿਹੜਾ ਆਪਣਾ ਜਿਹੜਾ ਇਹਨਾਂ ਦਾ ਲੀਡਰ ਆ, ਪ੍ਰਧਾਨ ਆ, ਉਹਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਉਸਨੇ ਸਾਡੇ ਜਿਹੜਾ ਇਹ ਕਿਸਾਨ ਸੰਘਰਸ਼ ਮੋਰਚਾ ਉਹਨੂੰ ਸਮਰਥਨ ਦਿੱਤਾ ਹੋਇਆ ਤੇ, ਲੇਕਿਨ ਇਹ ਜਿਹੜੇ ਥੱਲੇ ਦੇ ਬੇਕਰਤੂਤੇ ਜਿਹੜੇ ਲੋਕ ਹੈ ਸੁਧੀਰ ਸੂਰੀ ਵਰਗੇ, ਉਹ ਇੱਦਾਂ ਦੀਆਂ ਘਟੀਆਂ ਟਿੱਪਣੀਆਂ ਕਰਕੇ ਕੋਈ ਫੋਕੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਆ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਵੇਲੇ ਇਹ ਤੁਸੀਂ ਘਟੀਆਂ ਟਿੱਪਣੀਆਂ ਕਿਸੇ ਦੇ ਧਾਰਮਿਕ ਪੱਖੀ ਕਰਕੇ, ਕਿਸੇ ਸੰਘਰਸ਼ ਮੋਰਚੇ ਦੇ ਜਿਹੜਾ ਖਿਲਾਫ਼ ਕਰਕੇ, ਫਿਰ ਜਿਹੜਾ ਤੁਹਾਨੂੰ ਚਾਟਾ ਛਕਾਇਆ ਜਾਣਾ, ਤੁਸੀਂ ਸੋਧਾ ਲਾਉਣ ਨੂੰ ਜੇਲੇ ਲੱਗਣਾ, ਫਿਰ ਤੁਸੀਂ ਉਹ ਬਰਦਾਸ਼ਤ ਨਹੀਂ ਕਰਨਾ। ਔਰ ਇਹ ਜਿਹੜਾ ਸੂਰੀ ਹੈ, ਕਈ ਵਾਰ ਪਹਿਲਾਂ ਵੀ ਇੱਦਾਂ ਦੀਆਂ ਕੁਝ ਹਰਕਤਾਂ ਕਰ ਚੁੱਕਾ, ਫਿਰ ਮਾਫ਼ੀ ਮੰਗ ਚੁੱਕਾ, ਫਿਰ ਘਰੋਂ ਨਹੀਂ ਨਿਕਲਦਾ। ਔਰ ਸਭ ਤੋਂ ਮਾੜੀ ਗੱਲ ਇਹਦੀ ਇਹ ਆ ਕਿ ਜਿਸ ਵੇਲੇ ਸਿੰਘ ਇਹਦੇ ਫਿਰ ਸੋਧਾ ਲਾਉਣ ਜਾਂਦੇ ਆ, ਇਹ ਫਿਰ ਆਪਣੇ ਘਰਦਿਆਂ ਨੂੰ, ਆਪਣੇ ਬੱਚਿਆਂ ਨੂੰ ਅੱਗੇ ਕਰਦੇ ਹੋ, ਫਿਰ ਤਰਲੇ ਪਾਉਂਦੇ ਆ ਕਿ ਇਹਨੂੰ ਜਾਣ ਦਿਓ। ਪਹਿਲਾਂ ਵੀ ਇਹ ਕਈ ਵਾਰ ਇਹਨਾਂ ਕਰਤੂਤਾਂ ਕਰਕੇ ਇਹ ਜੇਲ੍ਹ ਜਾ ਚੁੱਕਾ। ਸੋ ਹੁਣ ਅਸੀਂ ਜਿੱਥੇ ਪੰਜਾਬ ਸਰਕਾਰ ਨੂੰ, ਉੱਥੇ ਕੇਂਦਰ ਸਰਕਾਰ ਨੂੰ ਵੀ ਤਾੜਨਾ ਕਰਦੇ ਹਾਂ ਕਿ ਅਗਰ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਚੰਦ ਦਿਨਾਂ ਦੇ ਵਿੱਚ ਮਾਫ਼ੀ ਨਾ ਮੰਗੀ, ਆਪਣੇ ਜਿਹੜੇ ਕਿਸਾਨ ਸੰਘਰਸ਼ ਮੋਰਚੇ ਪ੍ਰਤੀ ਜਿਹੜੀ ਘਟੀਆ ਟਿੱਪਣੀ ਕੀਤੀ ਆ ਉਹ ਤੋਂ ਇਹਨੂੰ ਮਾਫ਼ੀ ਨਾ ਮੰਗੀ, ਆਪਣੇ ਲਾਜ ਵਾਪਸ ਨਾ ਲਏ, ਅਤੇ ਫਿਰ ਇਹਦਾ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਇਹਦਾ ਘਰਾਓ ਕਰਾਂਗੇ, ਇਹਨੂੰ ਸੋਧਾ ਵੀ ਲਾਵਾਂਗੇ। ਔਰ ਅਸੀਂ ਆਪਣੀ ਨਿਹੰਗ ਸਿੰਘ ਜਥੇਬੰਦੀ, ਕੰਢੀ ਕਿਸਾਨ ਯੂਨੀਅਨ ਅਤੇ ਦੁਆਬਾ ਜਨਰਲ ਕੈਟਾਗਰੀ ਫਰੰਟ ਵੱਲੋਂ 1-2 ਦਿਨਾਂ ਦੇ ਵਿੱਚ DC ਨੂੰ ਇਹਦੇ ਬੱਤੀ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ, ਔਰ ਮੰਗ ਪੱਤਰ ਦੇ ਵਿੱਚ ਵੀ ਇਹ ਹਦਾਇਤ ਕਰਾਂਗੇ ਅਗਰ ਇਹਨੇ ਕੋਈ ਇਸ ਆਪਣੀ ਮਾਫ਼ੀ ਨਾ ਮੰਗੀ, ਇਹਦੇ ਲਈ ਫਿਰ ਅਗਲੇ ਐਕਸ਼ਨ ਲਈ ਤਿਆਰ ਰਹਿਣ, ਉਸ ਤੋਂ ਬਾਅਦ ਜੋ ਵੀ ਨਤੀਜੇ ਨਿਕਲਣਗੇ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਸਾਡੇ ਨਾਲ ਹੁਣ ਫਰੰਟ ਦੇ ਜਨਰਲ ਸਕੱਤਰ ਹਨ ਜਗਤਾਰ ਸਿੰਘ ਭੁੰਗੰਨੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਵੀ ਸ਼ਿਵ ਸੈਨਾ ਦੇ ਜਿਹੜੇ ਆਗੂ ਆ ਕਦੀ ਇਹ ਨਿਹੰਗ ਸਿੰਘਾਂ ਦੇ ਸ਼ਸਤਰਾਂ ਦੇ ਬੈਨ ਦੀ ਮੰਗ ਕਰਦੇ ਆ, ਕਦੀ ਕੁਛ ਕਰਦੇ, ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਵੀ ਗਲਤ ਆ ਜਿਹੜੀ ਇਹਨਾਂ ਨੂੰ ਸਕਿਉਰਟੀਆਂ ਦਿੰਦੀ ਆ? ਦੇਖੋ, ਇਹ ਜਿਹੜੇ ਕੋਈ ਸ਼ਬਦਾਵਲੀਆਂ ਬੋਲਣੀਆਂ ਕਿਸੇ ਦੇ ਖਿਲਾਫ਼, ਇਹਦੇ ਮਗਰ ਕੋਈ ਨਾ ਕੋਈ ਸਾਜਿਸ਼ ਹੁੰਦੀ ਹੈ।
क्योंकि ये भी क्योंकि जे एक बार होया दो बारी होया जे लगातार यही काम करता तो क्यों नहीं सरकार ये अपना जड़िया धार्मिक जज्बात भड़काते लोगों के ओदा एक्शन क्यों नहीं करती सरकार ये एक्शन होना चाहिए जे नहीं करती सरकार तो मतलब सरकार जान बुझ के ही योजे फसाद पवा के अपना हलवा मंडा चलाना चाहती है। सूरी वालों कहा जा रहा भी किसान उत्थे ऐश करते जो उत्थे लत्तां कुटण वाली मशीन आ हर एक सहूलत देखो ये जिहड़ा आ किसानां नूं पता भी साडा जे अज असीं ये एक्शन नहीं करते तो साडा आने वाला भविख की है साडे जे जमीन वा तो साडी जान वा जे जमीन है नहीं तो साडे कोल की रह जांदा जे अन्न वा तो जहान बचदा जे अन्न है नहीं तो कोई बच नहीं सकदा तो इस करके वो अज अपनी अपने मान सन्मान की अपने जायदाद की अपनी समाज की जी प्रॉपर्टी की रक्षा लिए सारे किसान बैठे ने उत्ते ये तो साडा एक संघर्ष है। सहूलत वास्ते समान साडे जिहड़े बाहर साडे किसानां दे पुत बाहर बैठे आ उह अपने बजुर्गां दी सेहत दा वी ख्याल रखदे आ उहनां वास्ते सहूलत वास्ते लंगर वास्ते जां उहनां दी कपड़े धोण वास्ते बाहरले NRI वीरां ने पैसे इकट्ठे करके अपनी दसां नौहां दी किरत कमाई विचों कोई डाका नहीं मारिया उहनां ने दसां नौहां दी किरत कमाई विचों उहनां ने समान भेजिया अपने बजुर्गां वास्ते क्योंकि बजुर्ग उत्थे 90-90 साल दे 100-100 साल दे बजुर्ग बैठे आ ते उहनां नूं कुछ सहूलतां दी वी लोड़ आ उहनां नूं मैडिकल दी वी लोड़ आ ते उन्हां नूं हर तरह की सहूलत देने वास्ते साढ़े NRI भी जिहड़े साढ़े किसानां दे पुत बाहर जाके अपनी किरत कमाई विचों दसवंध कढ के उत्थों साडी मदद भेज रहे आ उत्थे कल्ली किसानां दी नहीं साढ़े कोविड के मसले विच ऑक्सीजन दीआं मशीनां बाहरों साढ़े हुण सिंह रशिया तो 3 क्वांटल मशीनां दा भार आ जिहड़ियां ऑक्सीजन दीआं मशीनां साढ़े उधरों सिख जिहड़े रशिया विच बैठे आ उन्हां ने भेजीआं ते साढ़े जिहड़े विदेश विच बैठे आ उन्हां नूं पंजाब दी धरती नाल प्यार आ ते पंजाब दे लोकां दा उन्हां नूं दर्द आ क्योंकि उन्हां दे चाचे ताए बजुर्ग उन्होंने पिता जड़े दिल्ली में बैठे आ इस करके उन्होंने सुख सहूलत वास्ते भेज रहे हैं इन्हों की तकलीफ आ ये भी अपने सेवा कर देश की सेवा कर भाई गल करिए भी सिख जथेबंदियां ला लो या सिख कौम ला लो कितने भी कोई विपता आती है सब तो पहले उत्थे पहुँचती है हर थान जड़े लंगर लाती है पर फिर भी ये लोग जड़े आ सिखा के खिलाफ क्यों इदा दे बोल बोलते बस यही वंडियां पाने वाली देश के अस व्यस्त करने वास्ते लोगों वंडियां पाने वास्ते राजनीति अपन वोटा बटाने वास्ते सिख तो किसी के नाल भी वितकरा नहीं करता चाहे वह कोई हिंदू होवे चाहे किसी धर्म किसी जात किसी देश का जिते भी साड़ी अपन जिन्हिया संस्थावं बहर बनिया खालसा एड वर्गिया जथेबंदियां साढ़े SP उराए वर्गे जिथे जिथे भी किसी लोड़ आ उत्थे बाहरले देशों में जाके भी कितने भूचाल आ गया कितने हड़ आ गए उत्थे किसी धर्म का मसला नहीं देखा गया कि किहड़े धर्म नूं बिलोंग करदे आ किहड़ी जात नूं बिलोंग करदे आ हर एक की मदद की जाती जे अज किसान भरावां दी साढ़े भरा मदद कर रहे तो इन्हां नूं की तकलीफ है उस गल की। बिल्कुल तुसीं देख सकते हैं कि हर पासे जिहड़ी आ नखेधी जिहड़ी हो रही है तो बाबा जी ने कहा भी सिख धर्म जिहड़ा आ सब तो पहलों सेवा दे विच हाजिर हुंदा है तो फिर भी पता नहीं लोग क्यों सिखां दे खिलाफ जां किसानां दे खिलाफ जिहड़ियां अजिहियां भद्दियां जिहड़ियां आ उह शब्दावली वरतदे आ। कैमरामैन रिक्की सनाल परमजीत सिंह KPT News हुशियारपुर।